ਚਲੋ ਜੀ ਬੱਚਾ ਕਹਿੰਦਾ ਮੈਂ ਘਰ ਨਹੀਂ ਜਾਣਾ ਮੈਂ ਨਹੀਂ ਜਾਣਾ ਨਹੀਂ ਜਾਣਾ ਉਹਦੇ ਪੇਰੈਂਟਸ ਕਹਿੰਦੇ ਚੱਲ ਬੇਟਾ ਬੈ ਜਾ ਕਹਿੰਦਾ ਨਹੀਂ ਜਾਣਾ ਜੋ ਮਰਜ਼ੀ ਕਰ ਲੋ ਆਪਾਂ ਗਏ ਸੀਗੇ ਜੀ ਅਸੰਖ ਦੇ ਸਕੂਲ ਦੇ ਵਿੱਚ ਐਨੂਅਲ ਫੰਕਸ਼ਨ ਸੀਗਾ ਲਓ ਜੀ ਅਸੰਖ ਮਸਤੀ ਕਰ ਰਿਹਾ ਹੈ ਦੇਖ ਰਿਹਾ ਸਾਰੇ ਬੱਚਿਆਂ ਨੂੰ ਠੀਕ ਹੈ ਜੀ ਆਹ ਦੇਖੋ ਜੀ ਰੌਣਕਾ ਤੁਸੀਂ ਸਕੂਲ ਦੇ ਅੰਦਰ ਬੱਚੇ-ਬੱਚੇ ਪੇਰੈਂਟਸ ਹੀ ਪੇਰੈਂਟਸ ਤੁਹਾਨੂੰ ਦਿਖ ਰਿਹਾ ਸਾਰੇ ਪਾਸੇ ਕੋਈ ਕੋਲਡ ਡਰਿੰਕ ਪੀ ਰਿਹਾ ਕੋਈ ਕੁਝ ਕਰ ਰਿਹਾ ਕੋਈ ਗੇਮਸ ਖੇਡ ਰਿਹਾ ਆਹ ਲਓ ਜੀ ਅਸੰਖ ਦਾ ਫਰੈਂਡ ਫਤੇ ਤੇ ਵਰਸ਼ ਤੇ ਲक्की ਭਾਈ ਸਾਨੂੰ ਮਿਲ ਗਿਆ ਤਾਂ ਅਸੰਖ ਨੇ ਪਹਿਲਾਂ ਕੀਤੀ ਹੈਲੋ ਫਿਰ ਅਸੰਖ ਪਾਏਗਾ ਹੁਣ ਜੱਫੀਆਂ ਲਓ ਜੀ ਆਹ ਦੇਖੋ ਜੀ ਭਰਤ ਮਲਾਪ ਹੋ ਗਿਆ ਲੋ ਜੀ ਹੱਗੀ ਕਰ ਲਈਏ ਦੋਨਾਂ ਨੇ ਤੇ ਹੁਣ ਆ ਕਮਲ ਭਾਈ ਦਾ ਮੁੰਡਾ ਮਿਲ ਗਿਆ ਮੈਨੂੰ ਮੈਂ ਕਿਹਾ ਕਮਰ ਭਾਈ ਦਾ ਕਹਿੰਦਾ ਹਾਂਜੀ ਹਾਂਜੀ ਤੇ ਇਹ ਖੇਡ ਰਿਆ ਸੀ ਗੇਮ ਮੈਂ ਕਿਹਾ ਮੈਨੂੰ ਵੀ ਦਿਓ ਮੈਂ ਵੀ ਖੇਡਾਂ ਕਹਿੰਦੇ ਭਾਜੀ ਚਾਰਜੇਬਲ ਹੈ ਮੈਂ ਕਿਹਾ ਮੈਂ ਨਹੀਂ ਖੇਡਣੀ ਫਿਰ ਕੋਈ ਚੱਕਰ ਨਹੀਂ ਸਾਡਾ ਮੁੰਡਾ ਖੇਡੇਗਾ ਠੀਕ ਹੈ ਜੀ ਅਸੀਂ ਮੈਡਮ ਮੇਲੇ ਸਾਨੂੰ ਸਾਡੇ ਕਸਟਮਰ ਹੈ ਥੈਂਕ ਯੂ ਵੈਰੀ ਮਚ ਇਹ ਸਾਡੇ ਕੋ 610 ਬਕਰ ਆਉਂਦੇ ਤੁਸੀਂ ਵੀ ਆਇਆ ਕਰੋ ਕਹਿੰਦਾ ਵੀਡੀਓ ਬਣ ਗਈ ਮੈਂ ਕਹਾ ਬਣ ਗਈ ਤੇਰੀ ਟੈਨਸ਼ਨ ਨਾ ਲੈ ਤੂੰ ਤੇ ਉਸ ਤੋਂ ਬਾਅਦ ਆ ਕੁੜੀ ਨੂੰ ਅਸੀਂ ਪਹਿਲਾਂ ਹੀ ਵਿਨਰ ਬਣਾ ਦਿੱਤਾ ਕਿੰਗ ਬਣਾ ਦਿੱਤਾ ਇਹ ਕਹਿੰਦੀ ਮੈਂ ਵੀ ਖੇਡਾਂਗੀ ਅਸੀਂ ਕਹਾਂ ਲਓ ਜੀ ਤੁਹਾਡੇ ਲਈ ਬੋਲ ਸਪੈਸ਼ਲ ਅਸੀਂ बोल ਲਈਆਂ ਤੇ ਅਸੀਂ ਦੇਖ ਰਹੇ ਸੀਗਾ ਰੌਣਕਾ ਇੱਥੇ ਕੋਈ ਸੈਲਫੀ ਖਿੱਚ ਰਿਹਾ ਕੋਈ ਫੋਟੋਆਂ ਖਿੱਚ ਰਿਹਾ ਤੇ ਇਹ ਦੋਨੋਂ ਜਿਹੜੇ ਇੰਜੋਏ ਕਰ ਰਹੇ ਇਹ ਕਹਿੰਦੇ ਮੈਂ ਵੀ ਮਾਰਨੀ ਹੈ ਫਤਿਹ ਕਹਿੰਦਾ ਆਹ ਲਓ ਜੀ ਵਰਸ਼ ਨੇ ਫੋਲ ਚੱਕੀ ਤੇ ਇਹ ਮਾਰਤੀ ਉਹ ਡਿੱਗਤੀ ਬੱਲੇ 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 ਕੀ ਆ ਬਾਤ ਹੈ ਇੱਕ ਚਾਂਸ ਹੋਰ ਮਿਲੇਗਾ ਵਰਸ਼ ਨੂੰ ਠੀਕ ਹੈ ਜੀ ਕਲਾਪਿੰਗ ਮਾਰਨ ਲੱਪੇ ਤੇ ਇਹ ਦੂਸਰਾ ਚਾਂਸ ਜਿਹੜਾ ਹੈਗਾ ਵਰਸ਼ ਦਾ ਉਹ ਮਿਸ ਹੋ ਗਿਆ ਲਓ ਓਏ ਨਹੀਂ ਮਾਰੀ ਨਹੀਂ ਤਾਂ ਇਹ ਤਾਂ ਇਹ ਹੁਣ ਮਾਰ ਗਈ ਇਹ ਥੱਲੇ ਲੱਗ ਗਈ ਤੇ ਇਹ ਵਾਰਸ਼ ਦਾ ਚਾਂਸ ਖਤਮ ਹੋ ਗਿਆ ਫਿਰ ਵੀ ਵਾਰਸ਼ ਨੂੰ ਇੱਕ ਚਾਕਲੇਟ ਮਿਲ ਗਈ ਮੰਚ ਦੀ ਕੀ ਬੋਲਿਆ 50 ਰੁਪਏ ਦੀ ਗੇਮ 5 ਰੁਪਏ ਦੀ ਚਾਕਲੇਟ ਵਾਹ ਜੀ ਵਾਹ ਤਾੜੀਆਂ ਤੇ ਫਤਿਹ ਕਹਿੰਦਾ ਮੈਂ ਵੀ ਖੇਡਾਂਗਾ ਮੈਂ ਵੀ ਖੇਡਾਂਗਾ ਮੈਂ ਕਿਹਾ ਚਲੋ ਕੋਈ ਨਹੀਂ ਫਿਰ ਉਸ ਤੋਂ ਬਾਅਦ ਬੱਚਾ ਰਿੰਗ 'ਚ ਫੋਟੋ ਪਾਰਸੀ ਅਸੀਂ ਸੁਮਨ ਸੈਣੀ ਮੈਡਮ ਨੂੰ ਮਿਲਣਾ ਸੀਗਾ ਉਹ ਸੁਮਨ ਸੈਣੀ ਮੈਡਮ ਸੀਗੇ ਤੇ ਮੈਡਮ ਕਹਿੰਦੇ ਉਹ ਆ ਤੇ ਉਹਨਾਂ ਨੂੰ ਅਸੀਂ ਮਿਲੇ ਤੇ ਉਹ ਬੱਚਿਆਂ ਨੂੰ ਗੇਮਾਂ ਖੜਾ ਰਹੇ ਸੀਗੇ ਕੋਈ ਕਪੂ ਗੁਬਾਰੇ ਫੋੜ ਰਿਹਾ ਸੀ ਕੋਈ ਕੁਝ ਕਰ ਰਿਹਾ ਸੀ ਛੋਟੇ ਬ ਕਲਾਸ ਚ ਚਲੇ ਗਏ ਉੱਥੇ ਸਾਨੂੰ ਬੜੇ ਸਾਰੇ ਫੈਨ ਮਿਲੇ ਉਹ ਕਹਿੰਦੇ ਬਰਗਰ ਚਾਚੂ ਬਰਗਰ ਚਾਚੂ ਉਹ ਪਿੱਛੇ ਕੁੜੀ ਹੱਥ ਫੜੀ ਸੀ ਉਹ ਤਾਂ ਸਾਡੀ ਵਾਗਮ ਨਿਕਲੀ ਠੀਕ ਹੈ ਉਹ ਬੋਲੋ ਹਲੋ ਵਾਲ ਤੋਂ ਹੈਗੀ ਆ ਠੀਕ ਹੈ ਜੀ ਲਵਪਰੀਦੀ ਸਿਸਟਰ ਤੇ ਕਹਿੰਦੀ ਭਾਜੀ ਹੈਲੋ ਮੈਂ ਕਿਹਾ ਤੁਹਾਡੀ ਪਰਫਾਰਮੈਂਸ ਹਾਜ਼ਰ ਕਰਕੇ ਦਿਖਾਓ ਕਹਿੰਦੇ 3:30 ਵਜੇ ਆਣੀ ਮੈਂ ਕਿਹਾ ਮੈਂ ਫਿਰ ਜਾਣਾ ਇੱਥੇ ਪਰਫਾਰਮੈਂਸ ਹੋ ਰਹੀ ਸੀ ਬੱਚਿਆਂ ਦੀ ਬੱਚੇ ਇੰਜੋਏ ਕਰ ਰਹੇ ਸੀਗੇ ਪੇਰੈਂਟਸ ਆਏ ਹੋਏ ਸੀਗੇ ਹੱਲਾ ਗੁੱਲਾ ਬਹੁਤ ਸੀਗਾ 뮤직 ਵੱਜ ਰਿਹਾ ਸੀਗਾ ਤੇ ਇਹ ਦੋਨੋਂ ਦੇ ਖੁਸ਼ਦਾਈ ਹੋਏ ਹੋ ਇੱਕ ਦੂਜੇ ਦੇ ਨਾਲ ਇਹ ਨਹੀਂ ਹਟਦੇ ਇੱਕ ਦੂਜ ਚੱਕਰ ਚੱਕਰੀ ਚੱਕਰਨ ਚੱਕਰੀ ਚੱਕਰਮ ਚੱਕਰੀ ਪਤਾ ਨਹੀਂ ਤੁਸੀਂ ਵੀ ਕਰਦੇ ਸੀ ਸਾਨੂੰ ਕਮੈਂਟ ਕਰਕੇ ਦੱਸੋ ਇਦਾਂ ਦਾ ਠੀਕ ਹੈ ਉਸ ਤੋਂ ਬਾਅਦ ਸਾਨੂੰ ਸਕੂਲ ਦੀ ਬੈਲ ਦਿਖੀ ਮੈਂ ਕਹਾ ਮੈਨੂੰ ਆਪਣਾ ਬਚਪਨ ਯਾਦ ਆ ਗਿਆ ਇਹ ਆ ਫਿਰ ਅਸੀਂ ਪਹੁੰਚ ਗਏ ਟਾਬੇ ਤੇ ਪੰਜਾਬੀ ਟਾਬਾ ਸੀਗਾ ਤੇ ਇੱਥੇ ਇੱਕ ਸਰਦਾਰ ਜੀ ਖੜੇ ਸੀਗੇ ਮੈਡਮ ਲੱਸੀ ਵੇਚ ਰਹੀ ਸੀ 20 ਰੁਪਏ ਦੀ ਸਰਦਾਰ ਜੀ ਦੀ ਟੋਰ ਦੇਖ ਕੇ ਤਾਂ ਦਿਲ ਹੀ ਖੁਸ਼ ਹੋ ਗਿਆ ਇਹ ਪੀਣ ਲੱਪੇ ਠੰਡਾ ਕਹਿੰਦੇ ਅਸੀਂ ਕੋਲਡ ਡਰਿੰਕ ਪੀਣੀ ਹੈ ਆ ਦੇਖੋ 10 ਰੁਪਏ ਦਾ ਇੰਨਾ ਗਲਾਸ ਇੱਕ ਬੋਤਲ ਚੋਂ ਕਿੰਨੇ ਗਲਾਸ ਨਿਕਲਦੇ ਹੋਣੇ ਤੁਸੀਂ ਹਿਸਾਬ ਲਾ ਲਓ 10 10 ਰੁਪਏ ਦੇ ਹਿਸ ਤੁਸੀਂ ਆਸ ਰਹੇਓ ਇਹ ਦੋਨੋਂ ਚੇਅਰਸ ਕਰਨ ਲੱਪੇ ਹੁਣ ਮੈਂ ਕਹਾਂ ਚੇਅਰਸ ਕਰੋ ਚੇਸ ਕਰੋ ਆ ਦੇਖੋ ਜੀ ਆ ਚੇਸ ਕਰਨ ਲੱਪੇ ਉਹਨੂੰ ਸਮਝ ਲੱਗੀ ਉਹ ਤੇ ਕੰਨ ਚ ਵਰਸ਼ਨੇ ਕਿਆ ਫਿਰ ਸਾਡੇ ਫੈਨ ਆ ਗਏ ਲੋ ਜੀ ਤੋ ਲੋ ਜੀ ਇਹ ਕਹਿੰਦੇ ਅਸੀਂ ਤੁਹਾਡੀ ਵੀਡੀਓ ਦੇਖਦੇ ਆ ਮੈਨੂੰ ਬੜੀ ਖੁਸ਼ੀ ਚੜੀ ਕਹਿੰਦੇ ਫੋਟੋ ਖਚਾਣੀ ਮੈਂ ਕਹਾਂ ਜਰੂਰ ਖਿਡਾ ਫਿਰ ਮੈਂ ਇਹਨਾਂ ਨੂੰ ਆਪਣੀ ਐਡਵਰਟਾਈਜ਼ਮੈਂਟ ਕੀਤੀ ਮੈਂ ਕਹਾਂ ਜੀ 610 버거 ਵੀ ਆਇਆ ਕਰੋ ਉਥੇ ਸਾਡੇ ਕੋਲ 버거 ਹੁੰਦੇ ਆ ਸਿਟੀ ਸੈਂਟਰ ਸ਼ਾਪ ਨੰਬਰ 31 ਨੀਅਰ ਬੱਸ ਸਟੈਂਡ ਹੁਸ਼ਿਆਰਪੁਰ ਤਾ ਤੁਸੀਂ ਵੀ ਸਾਰੇ ਦੇਖਣ ਆਲੇ ਆਇਆ ਕਰੋ ਇਹਨਾਂ ਨੂੰ ਸਾਰਿਆਂ ਨੂੰ ਇ ਤੇ ਅਧੀ ਕਲਾਸ ਦੇ ਉਹਦੇ ਟੀਚਰਸ ਦਾ ਤੇ ਤੇ ਕੁਲੜ ਚਾਹ ਤੇ ਮੈਗੀ ਮਿਲ ਰਹੀ ਸੀ ਕਿ ਤੜਕੇ ਵਾਲੀ ਫਿਰ ਉਸ ਤੋਂ ਬਾਅਦ ਅਸੰਖ ਨੇ ਫਤੇ ਨੂੰ ਕਿਹਾ ਬਾਏ ਬਾਏ ਪਹਿਲਾਂ ਫਤੇ ਨੇ ਦੇਖਿਆ ਨਹੀਂ ਕਹਿੰਦਾ ਮੈਂ ਕਰਤੀ ਐ ਫਿਰ ਫਤੇ ਕਹਿੰਦਾ ਬਾਏ ਅਸੀਂ ਕਿ ਚਲੋ ਬਾਏ ਤੇ ਸਾਡਾ ਮੁੰਡਾ ਹੁਣ ਦੇਖੋ ਇਹ ਤਾਂ ਲੜੀ ਜਾਂਦਾ ਕਹਿੰਦਾ ਮੈਂ ਨਹੀਂ ਜਾਣਾ ਸਾਡਾ ਮੁੰਡਾ ਤਿਆਰ ਸੀਗਾ ਜਾਣ ਨੂੰ ਕਹਿੰਦਾ ਪਪਾ ਚਲੋ ਲੈਟਸ ਗੋ